ਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਰਮਿੰਦਰ ਸਿੰਘ ਆਵਲਾ ਇੱਥੇ ਬਕਾਇਦਾ ਪਹੁੰਚੇ ਆਵਲਾ ਜੀ ਸਭ ਤੋਂ ਪਹਿਲਾਂ ਐਮਐਲ ਸਾਹਿਬ ਤੁਹਾਡਾ ਧੰਨਵਾਦ ਹੈ ਤੁਸੀਂ ਅੱਜ ਨੌਜਵਾਨਾਂ ਦਾ ਹੌਸਲਾ ਵਜਾਈ ਨਹੀਂ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਬੁਲਾਇਆ ਹਮੇਸ਼ਾ ਜਦੋਂ ਬੁਲਾਉਂਦੇ ਆ ਬੜਾ ਬੜੇ ਚੰਗਾ ਲੱਗਦਾ ਇੱਥੇ ਆ ਕੇ ਔਰ ਜਿਹੜਾ ਅੱਜ ਮੈਚ ਦੇ ਵਾਲੀਬਾਲ ਦੇ ਮੈਂ ਦੇਖ ਰਿਹਾ ਮੈਂ ਬਹੁਤ ਟੂਰਨਾਮੈਂਟ ਸੀ ਆਣਾ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਇੰਟਰਨੈਸ਼ਨਲ ਲੈਵਲ ਦੇ ਇਹ ਖਿਡਾਰੀ ਖੇਡ ਰਹੇ ਆ ਬਹੁਤ ਵਧੀਆ ਖੇਡਦੇ ਪਏ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਬਹੁਤ ਅਵਲਾ ਸਾਹਿਬ ਸੁਭਾ ਵੀ ਤੁਸੀਂ ਨਤਮਸਤਕ ਹੋ ਕੇ ਗਏ ਹੋ ਗੁਰਦੁਆਰਾ ਸਾਹਿਬ ਵੱਡੀ ਆਸਥਾ ਜਿਹੜੀ ਹੈਗੀ ਤੁਹਾਡੇ ਪਰਿਵਾਰ ਦੇ ਵੀ ਇੱਥੇ ਦੇਖੋ ਕੱਲ ਗੁਰਪੁਰਬ ਹੈ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਔਰ ਜਿਹੜੇ ਖਿਡਾਰੀ ਆਏ ਆ ਦੂਰੋਂ ਦੂਰੋਂ ਇੰਟਰਨੈਸ਼ਨਲ ਲੈਵਲ ਦੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਖੇਡਦੇ ਪਏ ਆ ਮੈਂ ਬਹੁਤ ਟੂਰਨਾਮੈਂਟ ਚ ਜਾਂਦਾ ਤਕਰੀਬਨ ਹਰ ਰੋਜ਼ ਹੀ ਪਰ ਇਹੋ ਜਿਹੀ ਖੇਡ ਮੈਂ ਕਿਤੇ ਨਹੀਂ ਵੇਖੀ ਬੜਾ ਆਨੰਦ ਆਇਆ ਵੇਖ ਕੇ ਧੰਨਵਾਦ ਸਮੈਸ਼ਿੰਗ ਖੇਡਦੇ ਹੋ ਤੇ ਅੱਜ ਦੂਜਾ ਇੱਕ ਇੱਕ ਦੀ ਬਾਲ ਚੱਕੋ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਦੇਣੇ ਆ ਰਮਿੰਦਰ ਸਿੰਘ ਆਵਲਾ ਬਿਲਕੁਲ ਜੀ ਅੱਜ ਲਾਈਵ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਰਮਿੰਦਰ ਸਿੰਘ ਆਵਲਾ ਵਾਲੀਬਾਲ ਖੇਡਦੇ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਜਿਹੜੀਆਂ ਨੇ ਲਾਈਵ ਤੁਹਾਡੇ ਤੇ ਗੁਰੂ ਸਾਹਿਬ ਲਾਈਵ ਤੇ ਸਾਂਝੇ ਕੀਤੀਆਂ ਜਾ ਰਹੀਆਂ ਰਮਿੰਦਰ ਸਿੰਘ ਆਵਲਾ ਬਾਲ ਕਰਦੇ ਦਿਖਾਈ ਦੇਣਗੇ ਆਹ ਦੇਖ ਲਓ ਲੈ ਬਈ ਤਸਵੀਰਾਂ ਜਿਹੜੀਆਂ ਨੇ ਦੁਬਾਰਾ ਫਿਰ ਜੁੜ ਗਏ ਗੁਰੂ ਸਾਹਿਬ ਲਾਈਵ ਨਾਲ ਤੇ ਲਾਈਵ ਤਸਵੀਰਾਂ ਆਹ ਦੇਖ ਲਓ ਬਈ ਹਾਂਜੀ ਬਿਲਕੁਲ ਨੌਜਵਾਨ ਨੇ ਨੇਤਾ ਰਵਿੰਦਰ ਸਿੰਘ ਆਵਲਾ ਵੇਖਦਾ ਨੇ ਤੇ ਬਕਾਇਦਾ ਜਿਹੜਾ ਇੱਥੇ ਪਹੁੰਚੇ ਆ ਤੇ ਖਿਡਾਰੀਆਂ ਨਾਲ ਜਿਹੜੀ ਆ ਜਾਣਕਾਰੀ ਉਹ ਸਾਂਝੀ ਕੀਤੀ ਜਾ ਰਹੀ ਆ ਨਾਲ ਹੀ ਪਲੇਅਰਾਂ ਦੇ ਨਾਲ ਜਾਣ ਪਹਿਚਾਣ ਔਰ ਬਹੁਤ ਵੱਡਾ ਪਿਆਰ ਸਤਿਕਾਰ ਜਿਹੜਾ ਸਾਂਝਾ ਕੀਤਾ ਸਾਡੇ ਰਵਿੰਦਰ ਆਵਲਾ ਜੀ ਨੇ ਔਰ ਮੈਂ ਤਹਿ ਦਿਲ ਤੋਂ ਜਿਹੜਾ ਬਹੁਤ ਵੱਡਾ ਧੰਨਵਾਦ ਕਰਦਾ ਸਾਡੇ ਆਵਲਾ ਸਾਹਿਬ ਜੀ ਨਾਲ ਜਿੰਨੀ ਵੀ ਮਿੱਤਰ ਮੰਡਲੀ ਆ ਸਾਰੀ ਮਿੱਤਰ ਮੰਡਲੀ ਦਾ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਬੜੀ ਪਿਆਰੀ ਸ਼ਖਸੀਅਤ ਆ ਸਾਡੇ ਅਰਬੂਲ ਜੂਰੀ ਦੀ ਇਹਨਾਂ ਖੇਡ ਗਰਾਊਂਡਾਂ ਦੇ ਬਹੁਤ ਇੱਕ ਪੈਸੇ ਦੇ ਰੂਪ ਦੇ ਵਿੱਚ ਪਿਆਰ ਤੇ ਸਤਿਕਾਰ ਇਹਨਾਂ ਖੇਡ ਗਰਾਊਂਡਾਂ ਦੇ ਤਸਵੀਰਾਂ ਜਿਹੜੀਆਂ ਨੇ ਬਕਾਇਦਾ ਜਿਹੜਾ ਹੈ ਮਾਨ ਸਨਮਾਨ ਹੈ ਹੋਰ ਰਮਿੰਦਰ ਸਿੰਘ ਆਵਲਾ ਵੱਲੋਂ ਇੱਥੇ ਬਕਾਇਦਾ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਦੇਖ ਸਕਦੇ ਹੋ ਕਿਸ ਤਰੀਕੇ ਰਵਿੰਦਰ ਸਿੰਘ ਆਵਲਾ ਮਾਨ ਸਨਮਾਨ ਜਿਹੜਾ ਪਿੰਡ ਦੇ ਨੌਜਵਾਨਾਂ ਦਾ ਉਹ ਕਰ ਰਿਹਾ ਅੱਜ ਦੇ ਖੇਡਾਂ ਦੇ ਵਿੱਚ ਤੇ ਹੁਣ ਸਨਮਾਨ ਚਿੰਨ ਜਿਹੜਾ ਹੈ ਵਿਸ਼ੇਸ਼ ਸਨਮਾਨ ਹੈ ਸਤਵਾਂ ਵਾਲੀਬਾਲ ਟੂਰਨਾਮੈਂਟ ਦਾ ਕੀਤਾ ਜਾ ਰਿਹਾ ਦਰਲੇ ਪਾਸੇ ਸਾਡੇ ਰਵਿੰਦਰ ਆਵਲਾ ਜੀ ਦਾ ਸ਼ੁਕਰੀਆ ਸਾਡੀ ਪ੍ਰਬੰਧਕੀ ਕਮੇਟੀ ਨੂੰ ਬਿਲਕੁਲ ਸਾਡੇ ਰਵਿੰਦਰ ਆਵਲਾ ਜੀ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਸਾਂਝਾ ਕੀਤੀਆਂ ਜਾ ਰਹੀਆਂ ਨੇ ਗੁਰੂ ਹਰ ਸਾਏ ਲਾਈਵ ਦੇ ਜਰੀਏ ਇਸ ਤਰੀਕੇ ਰਮਿੰਦਰ ਸਿੰਘ ਆਵਲਾ ਵੱਲੋਂ ਤੇ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸੋ ਇਹ ਸਾਰਾ ਸਤਿਕਾਰ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ ਨੇ ਸਾਨੂੰ ਦਵਾਇਆ ਸੋ ਗੁਰਮੁਖ ਪਿਆਰੇ ਰੇੜੀ ਰਹਾਂਗੇ ਮਹਾਂਪੁਰਸ਼ਾਂ ਦੇ ਕਿਉਂਕਿ ਜਹਾਂ ਦਾਣੇ ਤਹਾਂ ਖਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿੱਥੇ ਕਿਸੇ ਦਾ ਦਾਣਾ ਪਾਣੀ ਲਿਖਿਆ ਤਾਂ ਰੁਝੇ ਵਿੱਚ ਇੱਕ ਵਿੱਧ ਬਣ ਜਾਂਦੀ ਹੈ ਪਰ ਜਿਹਦਾ ਦਾਣਾ ਪਾਣੀ ਲਿਖਿਆ ਰੱਬ ਨੇ ਉੱਥੇ ਕਿਰਪਾ ਕਰਨੀ ਹੁੰਦੀ ਹੈ ਬਖਸ਼ਿਸ਼ ਕਰਨੀ ਹੁੰਦੀ ਹੈ ਸੋ ਗੁਰਮੁਖਾਂ ਵੱਲੋਂ ਹੁਕਮ ਹੋਇਆ ਕਹਿੰਦੇ ਨਾਮ ਦੱਸ ਦਿਓ ਨਾਮ ਤੇ ਰੱਬ ਦਾ ਹੀ ਹੈ ਆਪਾਂ ਤਾਂ ਤੁਹਾਡੇ ਜੋੜੇ ਝਾੜਨ ਵਾਲੇ ਗੁਰਮੁਖ ਪਿਆਰੇ ਸੋ ਸਤਿਗੁਰ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਆ ਪੜ੍ਹ ਲਓ ਫਿਰ ਆਖਰੀ ਧਾਰਨਾ ਅੱਗੇ ਸਮਾਂ ਯਾਦ ਕਰੀ ਇਹ ਫਕੀਰੀਆਂ ਉਹਨਾਂ ਨੂੰ ਮਿਲੀਆਂ ਜਿਹਨਾਂ ਜਿਹੜੇ ਫਕੀਰ ਬਣੇ ਨੇ ਉਹਨਾਂ ਨੇ ਬੜਾ ਕੁਛ ਤਿਆਗਿਆ ਜ਼ਿੰਦਗੀ ਦੇ ਵਿੱਚ ਅੱਜ ਬਾਬਾ ਬਚਨ ਸਿੰਘ ਦੇ ਕੰਨੇ ਅਸਥਾਨ ਦਿਖਦੇ ਨੇ ਲੋਕਾਂ ਨੂੰ ਪਰ ਉਹਨਾਂ ਦੀ ਕਮਾਈ ਨਹੀਂ ਦਿਖਦੀ ਵੀ ਉਹਨਾਂ ਦੀ ਭਗਤੀ ਉਹ ਫਕੀਰ ਕਿਵੇਂ ਬਣ ਗਏ ਉਹਨਾਂ ਨੇ 18-18 ਘੰਟੇ ਚੌਂਕੜਾ ਮਾਰ ਕੇ ਭਗਤੀ ਕੀਤੀ ਹੈ ਸ੍ਰੀ ਵਾਹ ਆ ਅਮੀਰੀਆਂ ਪੈਸਾ ਇਹ ਕੀ ਚੀਜ਼ ਹੈ ਇਹ ਤਾਂ ਕੁਛ ਵੀ ਨਹੀਂ ਹੈ ਗੁਰਮੁਖ ਪਿਆਰੇ ਰੱਖ ਸਭ ਕੇ ਤੂੰ ਆਪਣੀ ਅਮੀਰੀ ਸੱਜਣਾ ਸਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਸੱਜਣਾ ਬੜੀ ਔਖੀ ਮਿਲੀ ਹੈ ਸੱਜਣਾ
ਜਿੰਨੇ ਵੀ ਮੀਡੀਆ ਵਾਲੇ ਸਾਰੇ ਰਿਕਾਰਡ ਕਰਨੇ ਲਾਈਵ ਦਿਖਾ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਗੱਡ ਕੇ ਫੰਦੇ ਬਣਾਓ ਰਹਿੰਦਾ ਸਮਾਂ ਪ੍ਰਬੰਧਕਾਂ ਕੋਲੋਂ ਸਰਵਣ ਕਰੋ ਕੋਈ ਵੀ ਰਸਨਾ ਬਾਚੀ ਨਾ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ